ਹੈਲੋ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਇਨ ਫਿਨਲੈਂਡ ਦੇ ਵਿੱਚ। ਸਾਹਮਣੇ ਦੋਸਤੋ ਰੇਲਵੇ ਸਟੇਸ਼ਨ ਆ, ਇੱਥੇ ਵੀ ਲਾਈਟਾਂ ਖੂਬ ਜਾਗ ਗਈਆਂ ਨੇ। ਚਲੋ ਇੱਥੇ ਤਾਂ ਜਾਗਦੀਆਂ ਰਹਿੰਦੀਆਂ ਨੇ। ਬਰਫ਼ ਦਾ ਨਜ਼ਾਰਾ ਦਿਖਾ ਰਹੇ ਹਾਂ ਤੁਹਾਨੂੰ। ਬਾਕੀ ਅੱਜ ਤਾਂਪਰੇ 'ਚ ਰਸ਼ ਇਸ ਕਰਕੇ ਨਜ਼ਰ ਆ ਰਿਹਾ, ਅੱਜ ਇੱਥੇ ਸੀਗੀ ਆਈਸ ਹੋਕੀ ਗੇਮ, ਅਤੇ ਫਿਨਲੈਂਡ ਵਾਲੇ ਲੋਕ ਯੰਗ ਜਿਹੜੇ ਨੇ ਸਾਰੇ ਬਹੁਤ ਪਸੰਦ ਕਰਦੇ ਨੇ, ਅਤੇ ਸਾਰੇ ਜਿੰਨਾ ਵੀ ਇਕੱਠ ਹੈ ਉੱਥੋਂ ਹੀ ਆਇਆ, ਬਾਹਰੋਂ ਵੀ ਹੋਰ ਸ਼ਹਿਰਾਂ ਤੋਂ ਵੀ ਲੋਕ ਆਏ ਨੇ। ਇਸ ਕਰਕੇ ਅੱਜ ਤਾਂਪਰੇ 'ਚ ਜਿੱਧਰ ਵੀ ਦੇਖੋ ਤੁਹਾਨੂੰ ਕਾਫੀ ਰਸ਼ ਨਜ਼ਰ ਆ ਰਿਹਾ, ਕਿਉਂਕਿ ਅੱਜ ਇੱਥੇ ਗੇਮ ਸੀ। ਇੱਧਰ ਕਿਤੇ ਜਿਹੜੀ ਆਈਸ ਹਾਕੀ ਹੁੰਦੀ ਹੈ ਨਾ, ਉਹਦਾ ਇੱਧਰ ਨਵਾਂ ਬਣਿਆ ਇੱਥੇ ਪਿਛਲੇ ਸਾਲ ਹੀ ਗਰਾਊਂਡ, ਇੱਥੇ ਖੇਡੀ ਜਾਂਦੀ ਹੈ, ਸਟੇਡੀਅਮ ਕਹਿ ਲਓ, ਉੱਥੋਂ ਆਏ ਆ ਸਾਰੇ ਲੋਕ। ਲਓ ਜੀ, ਦੇਖੋ ਜੀ ਤੁਸੀਂ ਵੀ ਫਿਨਲੈਂਡ ਦੇ ਵਿੱਚ ਬਰਫ਼ ਕਿਵੇਂ ਪੈਂਦੀ ਹੈ ਅਤੇ ਕਿੰਨੀ ਪੈਂਦੀ ਹੈ। ਜੇ ਤਾਂ ਸਟਾਰਟਿੰਗ ਹੋਈ ਹੈ ਅਤੇ ਠੰਡ ਵੀ ਬਹੁਤ ਹੈ ਜੀ, ਟੈਂਪਰੇਚਰ ਵੀ ਇੰਨਾ ਮਾਈਨਸ ਨਹੀਂ ਹੋਇਆ ਪਰ ਠੰਡ ਬਹੁਤ ਲੱਗ ਰਹੀ ਹੈ, ਠੰਡ ਬਹੁਤ ਹੈ ਇੱਥੇ, ਅਤੇ ਸਾਰੇ ਪਾਸੇ ਲਾਈਟਾਂ ਹੀ ਲਾਈਟਾਂ ਨਜ਼ਰ ਆ ਰਹੀਆਂ ਨੇ। ਤੁਸੀਂ ਵੀ ਦੇਖੋ, ਆ ਬਰਫ਼ ਦਾ ਢੇਰ ਲੱਗਿਆ, ਕਰੋ ਇੰਜੋਏ ਤੁਸੀਂ ਵੀ ਸਾਡੇ ਨਾਲ। ਲਓ ਜੀ, ਰੰਗ ਬਿਰੰਗੀਆਂ ਲਾਈਟਾਂ, ਇਹ ਸਿਰਫ ਕ੍ਰਿਸਮਿਸ ਕਰਕੇ, ਕਿਉਂਕਿ ਲੋਕ ਬਹੁਤ ਮੰਨਦੇ ਆ, ਬਹੁਤ ਖਰਚਾ ਕਰਦੇ ਆ, ਜਿਵੇਂ ਆਪਣੇ ਦੀਵਾਲੀ ਨਹੀਂ ਆਪਾਂ ਕਰਦੇ, ਇਸ ਤਰ੍ਹਾਂ ਕ੍ਰਿਸਮਿਸ ਇਹਨਾਂ ਦਾ ਬਹੁਤ ਵੱਡਾ ਤਿਉਹਾਰ ਹੈ ਅਤੇ ਬਹੁਤ ਹੀ ਮੰਨਦੇ ਨੇ ਇਹ, ਉਹਦੇ ਕਰਕੇ ਹੀ
ਸਾਰੇ ਦੋਸਤ ਕ੍ਰਿਸਮਸ ਕਰਕੇ ਸਜਾਏ ਹੋਏ ਨੇ। ਬਰਫ਼ ਪੈ ਰਹੀ ਹੈ ਜ਼ੋਰਾਂ 'ਤੇ। ਇਹ ਹੈ ਦੋਸਤੋ ਦਸੰਬਰ ਦਾ ਮਹੀਨਾ ਅਤੇ ਕ੍ਰਿਸਮਿਸ ਦੀ ਤਿਆਰੀ ਅਤੇ ਸਜਾਵਟ ਅਤੇ ਬਰਫ਼ ਦੇ ਰੱਬ ਖੁਸ਼ ਹੋਇਆ ਲਗਾਤਾਰ ਸਿੱਟੀ ਜਾ ਰਹੀ। ਜਗਮੋ ਜਗਮੋ ਕਰ ਰਿਹਾ ਸ਼ਹਿਰ।